ਬਾਈ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਬਾਈ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਸਨਫ ਸਾਧੂ ਸਿੰਘ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ। ਆਪਾਂ ਬੰਦਾ ਰੱਖਿਆ ਸੀ ਗੁਰਵਿੰਦਰ ਸਿੰਘ ਪਿੰਡ ਮਾੜੀ ਜ਼ਿਲ੍ਹਾ ਮੋਗਾ। ਉਸਦੇ ਪਿਤਾ ਦਾ ਨਾਂ ਸੀ ਸੁਖਦੇਵ ਸਿੰਘ, ਜੋ ਕਿ ਆਪਾਂ ਡਰਾਈਵਰ ਰੱਖਿਆ ਹੋਇਆ ਸੀਗਾ। ਉਹ ਆਪਣੀ ਗੱਡੀ 'ਚੋਂ 62,300 ਰੁਪਈਆ ਲੈ ਕੇ ਫਰਾਰ ਹੋ ਗਿਆ ਰਕਸੌਲ ਬਾਰਡਰ ਤੋਂ, ਜੋ ਕਿ ਨੇਪਾਲ 'ਚੋਂ ਆਪਾਂ ਤੇਲ ਪਵਾਉਣਾ ਸੀ। ਹਲਦੀਏ ਤੋਂ ਐਡਵਾਂਸ ਆਇਆ ਸੀਗਾ। ਜਦੋਂ ਉਹ ਫਰਾਰ ਹੋ ਗਿਆ ਤਾਂ ਅਸੀਂ ਥਾਣੇ ਗਏ। ਥਾਣੇ ਗਏ ਜਦੋਂ ਥਾਣੇ ਵਾਲਿਆਂ ਨੇ ਫੋਨ ਲਾਇਆ, ਪਹਿਲਾਂ ਚੱਕਦਾ ਰਿਹਾ, ਫਿਰ ਬੰਦ ਕਰ ਲਿਆ। ਥਾਣੇ ਜਾ ਕੇ ਅਸੀਂ ਕਿਹਾ ਵੀ ਸਾਨੂੰ FIR ਦਿਓ। ਥਾਣੇ ਵਾਲਿਆਂ ਦੇ ਵੀ ਇਹ ਮਸਲਾ ਪੰਜਾਬ ਦਾ, ਪੰਜਾਬ ਜਾ ਕੇ ਹੱਲੋ। ਅਸੀਂ ਚੱਕਰ ਲਗਾਇਆ, ਪੰਜਾਬ ਚਲੇ ਗਏ। ਜਦੋਂ ਪੰਜਾਬ ਜਾ ਕੇ ਬਾਘੇ ਪੁਰਾਣੇ FIR ਕਟਵਾਈ, ਜਾ ਕੇ ਉਹਨਾਂ ਨੂੰ ਕਿਹਾ ਵੀ ਤੁਸੀਂ FIR ਕੱਟੋ, ਆਉਂਦੇ ਵੀ 2 ਦਿਨਾਂ ਨੂੰ ਆਇਓ ਥਾਣੇ ਵਾਲੇ। ਚਲੋ ਅਸੀਂ ਫਿਰ ਵਾਪਸ ਚਲੇ ਗਏ। ਜਦੋਂ 3ਜੇ ਦਿਨ ਗਏ, ਉਹ ਕਹਿ ਰਿਹਾ ਕਿ ਇਹ ਤਾਂ ਕੇਸ ਹੀ ਬਿਹਾਰ ਦਾ, ਪੰਜਾਬ 'ਚ ਤਾਂ ਚੋਰੀ ਹੋਈ ਨਹੀਂ, ਤੁਸੀਂ ਬਿਹਾਰ 'ਚ ਰਿਪੋਰਟ ਕਰਾਓ। ਚਲੋ ਅਸੀਂ ਕੁਛ ਨਹੀਂ ਕੀਤਾ, ਉਹ ਐਸੇ ਹੀ ਚਲਾ ਗਿਆ। ਇਹ ਤੋਂ 1 ਗੇੜਾ ਪਹਿਲਾਂ ਬੁੜੀ ਥੱਲੇ ਆ ਗਈ ਸੀ ਔਰਤ ਸੀਤਾਪੁਰ, ਜੋ ਕਿ ਮੈਂ ਆਪਣੇ 'ਤੇ ਕੇਸ ਪਵਾਇਆ, ਖੁਦ ਕੇਸ ਪਵਾਇਆ। 70,000 ਰੁਪਈਆ ਇਸ ਨੂੰ ਦਿੱਤਾ, ਜੋ ਕਿ ਐਡਵਾਂਸ ਪਹਿਲਾਂ, ਜੋ ਕਿ ਮੇਰੇ ਕੋਲ 500 ਦਾ ਸਟਾਂਪ ਵੀ ਹੈ ਇਹਦੇ ਕੋਲ। ਮੇਰੇ ਬਾਈ ਸਾਰਿਆਂ ਨੂੰ ਬੇਨਤੀ ਆ ਵੀ ਗੁਰਵਿੰਦਰ ਸਿੰਘ ਤੋਂ ਬਚੋ, ਠੀਕ ਆ। ਉਸਦੀ ਇਹ ਫੋਟੋ ਆ, ਆਧਾਰ ਕਾਰਡ, ਲਾਇਸੈਂਸ ਆ, ਸਾਰੇ ਆ ਮੇਰੇ ਬਾਈ। ਜੇ ਕਿਸੇ ਨੇ ਬੰਦਾ ਰੱਖਣਾ ਤਾਂ ਵੇਖ ਕੇ ਰੱਖੋ, ਕਿਉਂਕਿ ਮੈਂ 4 ਲੱਖ ਦੇ ਕਰੀਬ ਥੱਲੇ ਆ ਗਿਆ ਗੱਡੀ ਦੇ ਕਰਜ਼ੇ ਹੇਠ। ਮੇਰੇ ਬਾਈ ਹੱਥ ਬੰਨ ਕੇ ਬੇਨਤੀ ਆ, ਵੀਡੀਓ ਨੂੰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਅਤੇ ਇਨਸਾਫ ਮਿਲੇ, ਜੋ ਇਹ ਬੰਦਾ ਜਿੱਥੇ ਵੀ ਮਿਲਦਾ ਮੈਨੂੰ ਫੜਾਇਆ ਜਾਵੇ। ਧੰਨਵਾਦ ਬਾਈ ਜੀ। ਨਮਸਕਾਰ, ਜੋਲੇ ਮੈਂ ਕੁੰਗਾਂਗ ਜੋ ਸਪੀਤੀ ਹਿਮਾਚਲ ਪ੍ਰਦੇਸ਼ 'ਚ। ਮੈਨੇ ਆਪਣੀ ਗਾੜੀ ਕਾ ਇਨਸ਼ੋਰੈਂਸ 2-3 ਸਾਲ ਸੇ ਟ੍ਰਾਂਸਫਰ ਮੋਲ ਸੇ ਕਰਾਇਆ ਹੈ। ਟ੍ਰਾਂਸਫਰ ਮੋਲ ਸੇ ਇਨਸ਼ੋਰੈਂਸ ਕਰਾਉਣਾ ਕਾਫੀ ਆਸਾਨ ਔਰ ਫਾਇਦੇਮੰਦ ਹੈ। ਟ੍ਰਾਂਸਫਰ ਮੋਲ ਸੇ ਇਨਸ਼ੋਰੈਂਸ ਕਰਾਉਣੇ ਪਰ ਮੁਝੇ ਹਰ ਸਾਲ 3 ਜਾਂ 4 ਹਜ਼ਾਰ ਕਾ ਫਾਇਦਾ ਹੋਤਾ ਹੈ। ਔਰ ਯਹਾਂ ਸੇ ਇਨਸ਼ੋਰੈਂਸ ਕਰਾਉਣੇ ਆਸਾਨ ਹੈ, ਔਰ ਇਨਸ਼ੋਰੈਂਸ ਮੈਂ ਕਲੇਮ ਲੈਣਾ ਬਹੁਤ ਹੀ ਜ਼ਿਆਦਾ ਆਸਾਨ ਹੈ। ਮੇਰਾ ਆਪ ਸਭੀ ਸੇ ਅਨੁਰੋਧ ਹੈ, ਆਪਣਾ ਇਨਸ਼ੋਰੈਂਸ ਟ੍ਰਾਂਸਫਰ ਮੋਲ ਸੇ ਹੀ ਕਰਾਏ, ਜੋ ਕਿ ਕਾਫੀ ਆਸਾਨ ਹੈ। ਟ੍ਰਾਂਸਫਰ ਮੋਲ ਜੋ ਕਿ ਟ੍ਰਾਂਸਪੋਰਟ ਗਾੜੀ ਕੇ ਇਨਸ਼ੋਰੈਂਸ ਕੇ ਲਈ ਸਭਸੇ ਅੱਛਾ ਹੈ, ਔਰ ਟ੍ਰਾਂਸਫਰ ਮੋਲ ਕੇ ਸਭੀ ਲੋਕੋਂ ਕਾ ਧੰਨਵਾਦ ਕਰਨਾ ਚਾਹਤਾ ਹੂੰ, ਕਿਉਂਕਿ ਵੋ ਟ੍ਰਾਂਸਪੋਰਟ ਕੇ ਸਭੀ ਗਾੜੀਓਂ ਕਾ ਹਮੇਸ਼ਾ ਮਦਦ ਕਰਤੇ ਹੈ। ਧੰਨਵਾਦ।